ਓਸ਼ੋ ਜੋ ਲੋਕ ਥੋੜੀ ਜੀ ਸੋਚ ਤੇ ਵਿਚਾਰ ਕਰਨਗੇ ਜੀਵਨ ਦੇ ਸਬੰਧ ਵਿੱਚ ਉਹਨਾਂ ਦੀ ਪਿਆਸ ਜਾਗਣੀ ਸ਼ੁਰੂ ਹੋ ਜਾਏਗੀ ਸੱਚ ਦੀ ਪਿਆਸ ਸੋਚਣ ਤੇ ਵਿਚਾਰ ਕਰਨ ਤੋਂ ਪੈਦਾ ਹੁੰਦੀ ਹੈ ਸਾਡੇ ਚੋਂ ਬਹੁਤ ਘੱਟ ਲੋਕ ਜੀਵਨ ਦੇ ਸਬੰਧ ਵਿੱਚ ਸੋਚਦੇ ਹਨ ਬਹੁਤ ਘੱਟ ਲੋਕ ਵਧੇਰੇ ਲੋਕ ਇਸ ਤਰ੍ਹਾਂ ਜਿਉਂਦੇ ਹਨ ਜਿਵੇਂ ਕੋਈ ਲੱਕੜ ਦੇ ਟੁਕੜੇ ਨੂੰ ਨਦੀ ਚ ਵਹਾ ਦੇਵੇ ਉਹ ਵਹਿੰਦਾ ਚਲਿਆ ਜਾਏ ਤੇ ਲਹਿਰਾਂ ਉਸ ਨੂੰ ਜਿੱਥੇ ਲੈ ਜਾਣ ਉੱਥੇ ਚਲਿਆ ਜਾਵੇ ਕੰਡਿਆਂ ਤੇ ਲੈ ਜਾਣ ਤੱਕ ਕੰਡਿਆਂ ਤੇ ਚਲਾ ਜਾਏ ਮੰਜਧਾਰ ਚ ਲੈ ਆਉਣ ਤੱਕ ਮੰਜਧਾਰ ਚ ਆ ਜਾਏ ਉਹਦਾ ਆਪਣਾ ਕੋਈ ਜੀਵਨ ਨਹੀਂ ਹੁੰਦਾ ਇੱਕ ਲੱਕੜ ਦੇ ਟੁਕੜੇ ਦੀ ਤਰ੍ਹਾਂ ਸਾਡੇ ਚੋਂ ਬਹੁਤੇ ਲੋਕ ਜਿਉਂਦੇ ਹਨ ਸਮਾਂ ਤੇ ਹਾਲਾਤ ਜਿੱਥੇ ਲੈ ਜਾਂਦੇ ਹਨ ਅਸੀਂ ਚਲੇ ਜਾਂਦੇ ਹਾਂ ਜੀਵਨ ਉੱਤੇ ਵਿਚਾਰ ਤੇ ਸੋਚਣਾ ਇਸ ਗੱਲ ਦੀ ਸੋਚਣਾ ਬਣੇਗਾ ਕਿ ਕੀ ਤੁਸੀਂ ਇੱਕ ਲੱਕੜ ਦੇ ਟੁਕੜੇ ਦੀ ਤਰ੍ਹਾਂ ਹੋਣਾ ਹੈ ਜੋ ਨਦੀ ਚ ਵਹੇ ਕੀ ਤੁਹਾਨੂੰ ਇੱਕ ਸੁੱਕੇ ਪੱਤੇ ਦੀ ਤਰ੍ਹਾਂ ਹੋਣਾ ਜਿਹਨੂੰ ਹਵਾਵਾਂ ਜਿੱਥੇ ਲੈ ਜਾਣ ਉੱਥੇ ਚਲਾ ਜਾਵੇ ਜਾਂ ਤੁਸੀਂ ਇੱਕ ਵਿਅਕਤੀ ਬਣਨਾ ਹੈ ਇੱਕ ਇੰਡੀਵਿਜੂਅਲ ਇੱਕ ਵਿਅਕਤੀ ਤੇ ਇੱਕ ਚੇਤਨ ਵਿਅਕਤੀ ਜਿਹਦੀ ਆਪਣੀ ਜੀਵਨ ਦੀ ਦਿਸ਼ਾ ਹੈ ਜਿਹਨੇ ਤੈਅ ਕੀਤਾ ਕਿੱਥੇ ਜਾਣਾ ਕਿੱਥੇ ਪਹੁੰਚਣਾ ਹੈ ਤੇ ਜਿਹਨੇ ਤੈਅ ਕੀਤਾ ਕਿ ਕੀ ਬਣਨਾ ਹੈ ਤੇ ਕੀ ਹੋਣਾ ਹੈ ਜਿਹਨੇ ਆਪਣੇ ਜੀਵਨ ਨੂੰ ਆਪਣੇ ਹੱਥ 'ਚ ਲਿਆ ਹੈ ਤੇ ਉਹਦੀ ਉਸਾਰੀ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ ਧੰਨਵਾਦ